ਦਾਸ ਮਹਾਰਾਜ ਪ੍ਰਜਾ ਵਿੱਚ ਸ਼ਾਮਿਲ ਹੋਏ ਤੇ ਰਾਜੇ ਨਾਗਰਮਾਨ ਨੇ ਕੀ ਦੇਖਿਆ ਕਿ ਇਹ ਤਾਂ ਖੁਦ ਇਨਸਾਨੀ ਜਾਮਾ ਧਾਰ ਕੇ ਰੱਬ ਧਰਤੀ ਤੇ ਆ ਗਿਆ। ਉਹ ਇਹ ਲੋਕੀ ਸ਼ਿਕਾਇਤਾਂ ਲਾਉਂਦੇ ਆ ਇਹਨਾਂ ਦੀਆਂ। ਔਰ ਉਸ ਵੇਲੇ ਰਾਜੇ ਨਾਗਰਮਾਨ ਨੇ ਗੁਰੂ ਰਵਿਦਾਸ ਮਨ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਸੀਸ ਝੁਕਾ ਕੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ। ਤੇ ਜਿੱਦਾਂ ਸੰਗਤ ਸਜੀ ਹੋਈ ਹੈ ਇੱਦਾਂ ਪ੍ਰਜਾ ਸਜੀ ਹੋਈ ਸੀ। ਕਹਿੰਦੇ ਸਾਰੀ ਸੰਗਤ ਨਿਰਭੈ ਹੋ ਕੇ, ਡਰਨੇ ਦੀ ਲੋੜ ਨਹੀਂ, ਨਿਰਭੈ ਹੋ ਕੇ ਗੁਰੂ ਰਵਿਦਾਸ ਸਮੇਂ ਦਾ ਜਕਾਰਾ ਲਾਇਆ ਜਾਵੇ। ਸੋ ਮਹਾਰਾਜ ਅੱਜ ਤਾਂ ਅਸੀਂ ਆਜ਼ਾਦ ਵਾਂ, ਉਹ ਮੇਰੇ ਸਮਾਜ ਦੇ ਲੋਕੋ ਅੱਜ ਤਾਂ ਆਜ਼ਾਦ ਵਾਂ। ਸਤਿਗੁਰ ਰਵਿਦਾਸ ਮਹਾਰਾਜ ਕੀ ਸਦਾ ਹੀ ਜੈ। ਸਾਰੀ ਸੰਗਤ ਨੇ ਦੋਨੇ ਹੱਥ ਖੜੇ ਕਰਕੇ ਜਕਾਰਾ ਲਾਉਣਾ। ਸਾਡੇ ਬੱਬੂ ਭਾਜੀ ਜਕਾਰਾ ਲਾਉਣਗੇ। ਹਾਂਜੀ ਭਾਜੀ ਜਾਗੋ। ਹਾਂਜੀ ਇਤਨਾ ਤਾੜੀ ਲਾਈ ਜਾਓ, ਤੁਹਾਡਾ ਮਨ ਜਿਹੜਾ ਆ ਨਾ ਗੁਰੂ ਮਹਾਰਾਜ ਦੇ ਸਰੂਪ ਵੱਲ ਹੋਣਾ ਚਾਹੀਦਾ ਆ, ਕਿਉਂਕਿ ਅਸੀਂ ਦੇਸਾਂ ਪ੍ਰਦੇਸਾਂ ਦੇ ਵਿੱਚ ਗਾ ਕੇ ਗੁਰੂ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਕਰਨਾ, ਉਹਨਾਂ ਦੇ ਮਿਸ਼ਨ ਦੀ ਦੀਵੇ ਘਰ ਘਰ ਜਗਾਉਣੀ ਆ, ਤੇ ਤੁਸੀਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਾਉਣੀ ਆ ਤਾੜੀ ਲਾ ਕੇ। ਸਾਰੀ ਸੰਗਤ ਸਹਿਮਤ ਆ, ਸਾਡੇ ਭਾਜੀ ਹੋਣੀ ਆ ਗਰੁੱਪ ਬੈਠਾ ਆ, ਇੰਨੀ ਤਾਂ ਗੱਲ ਸਿੱਖ ਲਈ ਹੈ ਮਾਸ਼ਾ ਅੱਲਾ, ਬਹੁਤ ਵਧੀਆ। ਸੋ ਜਾਗੋ। ਹਾਂਜੀ ਹਾਂਜੀ ਸਾਡੇ ਪ੍ਰਧਾਨ ਸਾਹਿਬ